ਕੱਲ ਹਾਇਓ ਰੱਬਾ ਦੱਸ ਕਿੱਥੇ ਬੀਤ ਗਏ ਨੇ ਪਲ ਕੱਲੀ ਕੱਲੀ ਗੱਲ ਚੇਤੇ ਕਰ ਲਿਖੀ ਜਾਵਾਂ ਕੱਲੀ ਕੱਲੀ ਗੱਲ ਚੇਤੇ ਕਰ ਲਿਖੀ ਜਾਵਾਂ ਉੱਥੇ ਟਿੱਕੀਆਂ ਨੇ ਜਾਵਾਂ ਨਹੀਂ ਭਲਾਉਣ ਦਿੰਦੀਆਂ ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ ਚ ਨਹੀਂ ਆਉਣ ਦਿੰਦੀਆਂ ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ ਚ ਨਹੀਂ ਆਉਣ ਦਿੰਦੀਆਂ। ਇੱਕ ਪਾਸੇ ਤੁਸੀਂ ਅੰਮ੍ਰਿਤਸਰ ਦੇ ਲੋਕਾਂ ਦੀ ਸੇਵਾ ਕਰ ਰਹੇ ਹੋ, ਅਸਿਸਟੈਂਟ ਸਬ ਇੰਸਪੈਕਟਰ ਦੀ ਜਿਹੜੀ ਤੁਹਾਡੀ ਨੌਕਰੀ ਹੈ ਉਸ ਦੇ ਜ਼ਰੀਏ ਲੋਕਾਂ ਦੀ ਸੇਵਾ ਕਰ ਰਹੇ ਹੋ, ਦੂਜੇ ਪਾਸੇ ਤੁਹਾਨੂੰ ਸ਼ੌਂਕ ਹੈ ਗਾਣੇ ਲਿਖਣ ਦਾ। ਹੁਣ ਤੱਕ ਕਰੀਬ 2800 ਗਾਣੇ ਲਿਖ ਚੁੱਕੇ ਹੋ, ਕਿਵੇਂ ਸ਼ੌਂਕ ਪਿਆ ਗਾਣੇ ਦਾ? ਅੰਮ੍ਰਿਤ ਭਾਅ ਜੀ, ਸਭ ਤੋਂ ਪਹਿਲਾਂ ਇੰਡੀਆ ਨਿਊਜ਼ ਦੇ ਚੈਨਲ ਦੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਬੜੇ ਲੰਮੇ ਸਮੇਂ ਬਾਅਦ ਅੱਜ ਤੁਹਾਨੂੰ ਫਿਰ ਮੈਨੂੰ ਯਾਦ ਕੀਤਾ। ਸੋ ਤੁਸੀਂ ਗੱਲ ਕੀਤੀ ਵੀ ਨੌਕਰੀ ਦੇ ਨਾਲ ਨਾਲ ਕਿਵੇਂ ਕਰਦੇ ਹੋ, ਇਹ ਅੰਮ੍ਰਿਤ ਭਾਅ ਜੀ ਕੁਝ ਚੀਜ਼ਾਂ ਸਿਖਾਇਆ ਵੀ ਨਹੀਂ ਆਉਂਦੀਆਂ, ਕੁਝ ਚੀਜ਼ਾਂ ਜਿਹੜੀਆਂ ਤੁਰਦਰਗਾਹ ਤੋਂ ਤੁਸੀਂ ਲੈ ਕੇ ਆਉਂਦੀਆਂ ਉਹਨਾਂ 'ਤੇ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ, ਉਹ ਤੁਸੀਂ ਸੌਂਦੇ ਬਹਿੰਦੇ ਉੱਠਦਿਆਂ ਬਹਿੰਦਿਆਂ ਜਿਹੜੀ ਚੀਜ਼ ਤੁਹਾਨੂੰ ਗੋਡ ਗਿਫਟ ਸਤਿਗੁਰੂ ਨੇ ਮਿਹਰਾਂ ਦੇ ਸਾਈ ਨੇ ਤੁਹਾਨੂੰ ਤੁਹਾਡੀ ਝੋਲੀ ਪਾਈ ਹੁੰਦੀ ਆ, ਉਹ ਤੁਸੀਂ ਕੰਮ ਕਰਦਿਆਂ ਡਿਊਟੀ ਕਰਦਿਆਂ ਕਿਸੇ ਨਾਲ ਗੱਲਬਾਤ ਕਰਦੇ ਹੋ, ਜਿੱਦਾਂ ਨਾਮ ਸ਼ਬਦ ਜਿਹੜਾ ਜਿੰਨਾਂ 'ਤੇ ਰਹਿਮਤ ਆ ਵਾਹਿਗੁਰੂ ਦੀ, ਤੁਸੀਂ ਗੱਲ ਕਰਦੇ ਹੋ ਨਾਮ ਸ਼ਬਦ ਅੰਦਰ ਚੱਲਦਾ। ਮੈਨੂੰ ਸੰਗੀਤ ਦੀ ਦਾਤ ਉਹਨੇ ਸਤਿਗੁਰੂ ਨੇ ਦਿੱਤੀ ਹੈ, ਮੈਂ ਕੰਮ ਕਾਰ ਕਰਦਿਆਂ ਡਿਊਟੀ ਕਰਦਿਆਂ ਡਿਊਟੀ 'ਚੋਂ ਜਾਣ ਸਮੇਂ ਮੇਰੇ 'ਚ ਅੰਦਰੇ ਅੰਦਰ ਇਹ ਚੀਜ਼, ਜਿੱਦਾਂ ਤੁਹਾਡੇ ਨਾਲ ਕੋਈ ਗੱਲ ਕਰਾਂ, ਕੋਈ ਕਰਦਾ ਹੋਵੇ, ਕੋਈ ਚੀਜ਼ ਵੇਖਾਂ, ਮੇਰਾ ਦਿਲ ਕਰਦਾ ਉਸ 'ਤੇ ਗੌਰ ਕਰਕੇ ਕੋਈ ਚੀਜ਼ ਲਿਖਾਂ ਜੋ ਕਿ ਜਨਤਾ ਨੂੰ ਜਿਵੇਂ ਪੇਸ਼ ਕਰ ਸਕਾਂ। ਕਹਿੰਦੇ ਪੰਜਾਬ ਪੁਲਿਸ ਦੀ ਨੌਕਰੀ ਬੜੀ ਸਖਤ ਹੈ, ਅੰਮ੍ਰਿਤਸਰ ਦਾ ਜੇ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤੇ ਉਹ ਵੀ ਇਸ ਵੇਲੇ ਖਰਾਬ ਹੈ, ਲੇਕਿਨ ਸਾਰੇ ਡਿਊਟੀ ਦੇ ਦੌਰਾਨ ਕਿਵੇਂ ਸਮਾਂ ਕੱਢਦੇ ਹੋ, ਕਿਉਂਕਿ ਪਰਿਵਾਰ ਨੂੰ ਵੀ ਸਮਾਂ ਦੇਣਾ ਵਾ, ਡਿਊਟੀ ਵੀ ਕਰਨੀ ਹੈ, ਬੱਚਿਆਂ ਨੂੰ ਵੀ ਸਮਾਂ ਦੇਣਾ ਵਾ, ਅੰਨੇ ਗਾਣੇ ਲਿਖੀਏ, ਤੁਸੀਂ ਕਿਸ ਵੇਲੇ ਇਹ ਸਾਰਾ ਤੁਸੀਂ ਸੈਟਅਪ ਕਰਦੇ ਹੋ, ਕਿਵੇਂ ਗਾਣੇ ਲਿਖਦੇ ਹੋ? ਸਰ ਤੁਸੀਂ ਨੌਕਰੀ ਦੀ ਗੱਲ ਕੀਤੀ, ਨੌਕਰੀ ਬੜੀ ਸਖਤ ਆ, ਮੈਂ ਸਭ ਦੇ ਕੋਲੋਂ ਨੀਵਾਂ ਹੋ ਕੇ ਨਿਮਾਣਾ ਬਣ ਕੇ ਇੱਕ ਗੱਲ ਕਹਿਣੀ ਚਾਹੁੰਦਾ, ਜੇ ਆਮ ਜਨਤਾ ਦਾ ਪੰਜਾਬ ਪੁਲਿਸ ਨੂੰ ਇੰਨਾ ਕੋਈ ਸਹਿਯੋਗ ਹੋਵੇ, ਕਦੀ ਪਿੰਡਾਂ ਸ਼ਹਿਰਾਂ ਦਾ ਮਾਹੌਲ ਖਰਾਬ ਨਹੀਂ ਹੋ ਸਕਦਾ। ਜੇ ਆਮ ਜਨਤਾ ਪੁਲਿਸ ਦੀ ਨੇੜੇ ਥਾਣੀ ਚੌਂਕੀ ਨੂੰ ਕੋਈ ਇਤਲਾਹ ਦੇਵੇ ਵੀ ਸਾਡੇ ਏਰੀਏ 'ਚ ਆਹ ਕੰਮ ਹੁੰਦਾ, ਕੋਈ ਕੰਮ ਔਖਾ ਨਹੀਂ ਹੁੰਦਾ। ਆਪਾਂ ਜਦੋਂ ਗਲਤ ਬੰਦਿਆਂ ਦੀ ਸਪੋਰਟ ਕਰਦੇ ਹਾਂ ਅਤੇ ਮਹਿਕਮੇ ਨੂੰ ਇੰਨਾ ਕੋਈ ਬਦਨਾਮ ਕਰਦੇ ਹਾਂ। ਹੁਣ ਪੁਲਿਸ ਜਿਹੜੀ ਆ ਨਾਕਿਆਂ 'ਤੇ ਵੇਖੋ 12 ਘੰਟੇ ਪੁਲਿਸ ਖੜੀ ਹੁੰਦੀ ਆ, ਇੱਕ ਅਫਸਰ ਨੂੰ ਕਿੰਨੀ ਕਿੰਨੀ ਡਿਊਟੀ ਦਿੱਤੀ ਆ, ਜਿਹੜੇ ਆਪਣਾ ਦਫ਼ਤਰ ਦਾ ਕੰਮ ਕਰਦੇ ਆ ਰਾਤ ਨੂੰ ਚੈਕਿੰਗ ਕਰਦੇ ਆ। ਨੌਕਰੀ ਬਹੁਤ ਔਖੀ ਹੋ ਗਈ ਆ, ਔਖੀ ਕਿਉਂ ਹੋ ਗਈ ਵੀ ਆਮ ਜਨਤਾ ਸਾਨੂੰ ਇੰਨਾ ਸਹਿਯੋਗ ਨਹੀਂ ਦਿੰਦੀ। ਜਿੱਥੇ ਪੰਜਾਬ ਪੁਲਿਸ ਦਾ ਸੀਨੀਅਰ ਹੈ ਜਾਂ ਕੋਈ ਛੋਟਾ ਵੱਡਾ ਜਿੱਥੇ ਹੱਥ ਚੋੜਦਾ ਜਨਤਾ ਦੇ ਗਾੜੀ, ਉਹ ਸੋਰੀ ਮੈਂ ਤੁਹਾਡੇ ਕੋਲ ਵੀ ਮਾਈ ਮੰਗਾਂ, ਉੱਥੇ ਆਪਾਂ ਵਿਖਾਲਦੇ ਨਹੀਂ। ਜਦੋਂ ਫਿਰ ਅੱਕ ਕੇ ਆਪਾਂ ਦਾਬਾ ਮਾਰਦੇ ਹਾਂ ਉਹ ਚੀਜ਼ ਨੂੰ ਆਪਾਂ ਵਾਰ ਵਾਰ ਵਿਖਾਉਂਦੇ, ਜਾਂ ਜਨਤਾ ਕਹਿੰਦੀ ਵੀ ਇਹ ਵਰਦੀ 'ਚ ਮਾਣ ਕਰਦਾ, ਵਰਦੀ ਦੀ ਇਹਨੂੰ ਕਦਰ ਨਹੀਂ, ਇਹ ਤੰਗ ਕਰਦਾ। ਸੋ ਜਦੋਂ ਸਾਨੂੰ ਤੰਗੀ ਪਰੇਸ਼ਾਨੀ ਆਉਂਦੀ ਆ ਉਦੋਂ ਫਿਰ ਕਿਸੇ ਵੇਲੇ ਕਿਸੇ ਮੁਲਾਜ਼ਮ ਕੋਲ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਕੋਈ ਗਲਤ ਸ਼ਬਦ ਬੋਲਦਾ, ਪਰ ਉਹਨਾਂ ਦੀ ਮਾਫ਼ੀ ਤੁਹਾਡਾ ਵੀਰ ਮੰਗਦਾ ਸਭ ਕੋਲ, ਜਾਣ ਬੁੱਝ ਕੇ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ। ਅਸੀਂ ਹੁਣ ਤੁਹਾਡੇ ਗਾਣੇ ਵਾਲੇ ਬੰਨੇ ਆ ਜਾਂਦੇ ਹਾਂ, ਜਿਹੜੇ ਗਾਣੇ ਤੁਸੀਂ ਆਪ ਲਿਖੇ ਹੈ ਉਹ ਗਾਣੇ ਜ਼ਰੂਰ ਸੁਣਨਾ ਚਾਹਾਂਗੇ, ਤੁਹਾਡੀ ਜਵਾਨੀ। ਠੀਕ ਹੈ ਸਰ, ਮੈਂ ਆਪਣੀ ਗੱਲ ਕਰਨੀ ਚਾਹੁੰਦਾ ਸੀ। ਸੋ ਤੁਸੀਂ ਅੱਗੇ ਇੱਕ ਦਿਨ ਗੱਲ ਕੀਤੀ ਸੀ ਵੀ ਜਿਹੜੇ ਪਿੰਡਾਂ ਦੇ ਵਿੱਚੋਂ ਆਏ ਤੁਸੀਂ ਸ਼ਹਿਰ 'ਚ ਆਏ ਹੋ, ਕਿਸੇ ਸਕੂਲ ਦੀਆਂ ਯਾਦਾਂ, ਕਿਸੇ ਪਿੰਡ ਦੀਆਂ ਯਾਦਾਂ, 40 ਸਾਲ ਹੋ ਗਏ ਪ੍ਰਾਇਮਰੀ ਸਕੂਲ ਦੇ ਵਿੱਚ, ਜਿੱਥੇ ਉਦੋਂ ਹੁਣ ਤੇ ਬੱਚਿਆਂ ਨੂੰ ਬੜੀਆਂ ਸਹੂਲਤਾਂ ਮਿਲੀਆਂ ਨੇ, ਉਦੋਂ ਬੋਰੀਆਂ ਦੇ ਟਾਟ ਵਿਛੇ ਹੁੰਦੇ ਸੀ ਉਹਨਾਂ ਤੇ ਬਹਿਣਾ, ਉਹ ਅੱਜ ਵੀ 35-40 ਸਾਲ ਬਾਅਦ ਮੈਂ ਪਿੰਡ 'ਚ ਗਿਆ ਤੇ ਉਹ ਬੋਰ ਤੇ ਪਲਾਗ ਦਾ ਰੁੱਖ ਦੇ ਥੱਲੇ ਬਹਿ ਕੇ ਮੈਨੂੰ ਪੁਰਾਣੀਆਂ ਯਾਦਾਂ, ਜਿੱਥੇ ਮੇਰੀ ਮਾਤਾ ਜੀ ਮੈਨੂੰ ਰੋਂਦੇ ਨੂੰ ਲੈ ਜਾਂਦੀ ਹੁੰਦੀ ਛੱਡ ਆਉਣਾ ਤੇ ਉਹਨਾਂ ਲੱਗਣਾ, ਉਹਨਾਂ
ਵੱਡੇ ਬਿਰਸ਼ਾਂ ਦੇ ਥੱਲੇ ਬਹਿ ਕੇ ਕੁਝ ਯਾਦਾਂ ਤਾਜ਼ੀਆਂ ਕੀਤੀਆਂ, ਜੋ ਉਹ ਯਾਦਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਆਮ ਸਰੋਤਿਆਂ ਤੱਕ ਪੇਸ਼ ਕਰਨੀਆਂ ਚਾਹੁੰਦਾ। ਜਾਗ ਚਾਨ ਚੱਕ ਆ ਗਈ ਅੱਧੀ ਰਾਤ ਨੂੰ, ਜਾਗ ਚਾਨ ਚੱਕ ਆ ਗਈ ਅੱਧੀ ਰਾਤ ਨੂੰ, ਸਮਾਂ ਹੋ ਗਿਆ ਏ ਭਾਵੇਂ ਲੰਮੀ ਬਾਤ ਨੂੰ। ਜਾਗ ਚਾਨ ਚੱਕ ਆ ਗਈ ਅੱਧੀ ਰਾਤ ਨੂੰ, ਸਮਾਂ ਹੋ ਗਿਆ ਏ ਭਾਵੇਂ ਲੰਮੀ ਬਾਤ ਨੂੰ। ਚਿੱਤ ਨੂੰ ਚਿੱਤ ਮਣੀ ਜੀ ਲੱਗ ਗਈ ਦਿਲਾਂ ਤੇ, ਯਾਦ ਕੀਤਾ ਉਸ ਸਮੇਂ ਦੇ ਹਾਲਾਤ ਨੂੰ। ਚਿੱਤ ਨੂੰ ਚਿੱਤ ਮਣੀ ਜੀ ਲੱਗ ਗਈ ਦਿਲਾਂ ਤੇ, ਯਾਦ ਕੀਤਾ ਉਸ ਸਮੇਂ ਦੇ ਹਾਲਾਤ ਨੂੰ। ਚੱਕ ਲਈ ਕਲਮ ਸ਼ੁਰੂ ਕਰਤੀ ਸਰਚ, ਚੱਕ ਲਈ ਕਲਮ ਸ਼ੁਰੂ ਕਰਤੀ ਸਰਚ, ਸੋਚਾਂ ਖੁਸ਼ੀ ਗਮੀ ਦੀਆਂ ਨਹੀਂ ਸੌਣ ਦਿੰਦੀਆਂ। ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ 'ਚ ਨਹੀਂ ਆਉਣ ਦਿੰਦੀਆਂ। ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ 'ਚ ਨਹੀਂ ਆਉਣ ਦਿੰਦੀਆਂ। ਲੋਹੇ ਦੀ ਸਲੇਟ ਤੇ ਜਾਂ ਲੱਕੜ ਦੀ ਫੱਟੀ ਉੱਤੇ ਦੂਣੀ ਤੀਣੀ ਵਾਲਾ ਪਾੜਾ ਲਿਖਿਆ ਹੁੰਦਾ ਸੀ। ਲੋਹੇ ਦੀ ਸਲੇਟ ਤੇ ਜਾਂ ਲੱਕੜ ਦੀ ਫੱਟੀ ਉੱਤੇ ਦੂਣੀ ਤੀਣੀ ਵਾਲਾ ਪਾੜਾ ਲਿਖਿਆ ਹੁੰਦਾ ਸੀ। ਕਲਮ ਦਵਾਤ ਲੈਣੀ ਮੀਰ ਸ਼ਾਹ ਦੀ ਹੱਟੀ ਉੱਤੋਂ ਇੱਕੋ ਹੀ ਟਿਕਾਣਾ ਸਮਾਂ ਮਿੱਥਿਆ ਹੁੰਦਾ ਸੀ। ਕਲਮ ਦਵਾਤ ਲੈਣੀ ਮੀਰ ਸ਼ਾਹ ਦੀ ਹੱਟੀ ਉੱਤੋਂ ਇੱਕੋ ਹੀ ਟਿਕਾਣਾ ਸਮਾਂ ਮਿੱਥਿਆ ਹੁੰਦਾ ਸੀ। ਸੋਮਦਾਤ ਸਰਦੀਆਂ ਸ਼ਮਤਾਂ ਦੀ ਗੱਲ, ਸੋਮਦਾਤ ਸਰਦੀਆਂ ਸੋਟੀਆਂ ਦੀ ਗੱਲ, ਹਾਇਓ ਰੱਬਾ ਦੱਸ ਕਿੱਥੇ ਬੀਤ ਗਏ ਉਹ ਪਲ। ਸੋਮਦਾਤ ਸਰਦੀਆਂ ਸ਼ਮਕਾਂ ਦੀ ਗੱਲ, ਹਾਇਓ ਰੱਬਾ ਦੱਸ ਕਿੱਥੇ ਬੀਤ ਗਏ ਨੇ ਪਲ। ਕੱਲੀ ਕੱਲੀ ਗੱਲ ਚੇਤੇ ਕਰ ਲਿਖੀ ਜਾਵਾਂ, ਕੱਲੀ ਕੱਲੀ ਗੱਲ ਚੇਤੇ ਕਰ ਲਿਖੀ ਜਾਵਾਂ, ਉੱਥੇ ਟਿੱਗੀਆਂ ਨਿਗਾਵਾਂ ਨਹੀਂ ਭਲਾਉਣ ਦਿੰਦੀਆਂ। ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ 'ਚ ਨਹੀਂ ਆਉਣ ਦਿੰਦੀਆਂ। ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ 'ਚ ਨਹੀਂ ਆਉਣ ਦਿੰਦੀਆਂ। ਬਲਵੰਤ ਸਿੰਘ ਜੀ, ਪੰਜਾਬ ਦੇ ਜੋ ਹਾਲਾਤ ਹੈ ਇਸ ਵੇਲੇ, ਉਹ ਪੰਜਾਬ ਦੇ ਹਾਲਾਤਾਂ 'ਤੇ ਕਦੀ ਗਾਣਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਬਣਾਇਆ? ਪੰਜਾਬ ਦੇ ਹਾਲਾਤ ਸਰ ਜਿੰਨੇ ਕੁ ਖਰਾਬ, ਤੁਹਾਡੇ ਕੋਲ ਵੀ ਕੋਈ ਭੁਲੇਖਾ ਨਹੀਂ, ਮੇਰੇ ਕੋਲ ਵੀ ਕੋਈ ਭੁਲੇਖਾ ਨਹੀਂ। ਜਾਂ ਤੁਸੀਂ ਰਾਤ ਗੱਲ ਕਰਦੇ ਪੰਜਾਬ ਦੇ ਹਾਲਾਤਾਂ ਦੇ, ਫਿਰ ਮੈਂ ਆਪਣਾ ਸਾਰੀ ਵੇਖ ਕੇ ਲਿਆਉਂਦਾ ਚੀਜ਼। ਹੁਣ ਚਾਹਣੀ ਚ ਆਪਾਂ ਨੇ ਫੋਨ ਕੀਤਾ, ਕੁਝ ਗੱਲਾਂ ਬੜੀਆਂ ਬੜੀਆਂ ਸੋਹਣੀਆਂ ਨੇ ਜਿਹੜੀਆਂ ਮੈਨੂੰ ਯਾਦ ਵੀ ਨੇ। ਕਹਿੰਦੇ ਕਿ ਬਲਵੰਤ ਸਿੰਘ ਜਦੋਂ ਗਾਣਾ ਬਣਾਉਂਦਾ ਤੇ ਖੜੇ ਖੜੇ ਵੀ ਦੋ ਲੈਣਾ ਬਣਾਉਂਦਾ। ਗੱਲ ਹਾਇਓ ਰੱਬਾ ਦੱਸ ਕਿੱਥੇ ਬੀਤ ਗਏ ਨੇ ਪਲ, ਕੱਲੀ ਕੱਲੀ ਗੱਲ ਚੇਤੇ ਕਰ ਲਿਖੀ ਜਾਵਾਂ, ਕੱਲੀ ਕੱਲੀ ਗੱਲ ਚੇਤੇ ਕਰ ਲਿਖੀ ਜਾਵਾਂ, ਉੱਥੇ ਟਿੱਗੀਆਂ ਨਿਗਾਵਾਂ ਨਹੀਂ ਭਲਾਉਣ ਦਿੰਦੀਆਂ। ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ 'ਚ ਨਹੀਂ ਆਉਣ ਦਿੰਦੀਆਂ। ਪਿੰਡ ਦੀਆਂ ਗਲੀਆਂ ਪ੍ਰਾਇਮਰੀ ਸਕੂਲ ਦੀਆਂ ਯਾਦਾਂ ਨੀਂਦ ਅੱਖਾਂ 'ਚ ਨਹੀਂ ਆਉਣ ਦਿੰਦੀਆਂ। ਬਲਵੰਤ ਸਿੰਘ ਜੀ, ਪੰਜਾਬ ਦੇ ਜੋ ਹਾਲਾਤ ਹੈ ਇਸ ਵੇਲੇ, ਉਹ ਪੰਜਾਬ ਦੇ ਹਾਲਾਤਾਂ 'ਤੇ ਕਦੀ ਗਾਣਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਬਣਾਇਆ? ਪੰਜਾਬ ਦੇ ਹਾਲਾਤ ਸਰ ਜਿੰਨੇ ਕੁ ਖਰਾਬ, ਤੁਹਾਡੇ ਕੋਲ ਵੀ ਕੋਈ ਭੁਲੇਖਾ ਨਹੀਂ, ਮੇਰੇ ਕੋਲ ਵੀ ਕੋਈ ਭੁਲੇਖਾ ਨਹੀਂ। ਜਾਂ ਤੁਸੀਂ ਰਾਤ ਗੱਲ ਕਰਦੇ ਪੰਜਾਬ ਦੇ ਹਾਲਾਤਾਂ ਦੇ, ਫਿਰ ਮੈਂ ਆਪਣਾ ਸਾਰੀ ਵੇਖ ਕੇ ਲਿਆਉਂਦਾ ਚੀਜ਼। ਹੁਣ ਚਾਹਣੀ ਚ ਆਪਾਂ ਨੇ ਫੋਨ ਕੀਤਾ, ਕੁਝ ਗੱਲਾਂ ਬੜੀਆਂ ਬੜੀਆਂ ਸੋਹਣੀਆਂ ਨੇ ਜਿਹੜੀਆਂ ਮੈਨੂੰ ਯਾਦ ਵੀ ਨੇ। ਕਹਿੰਦੇ ਕਿ ਬਲਵੰਤ ਸਿੰਘ ਜਦੋਂ ਗਾਣਾ ਬਣਾਉਂਦਾ ਤੇ ਖੜੇ ਖੜੇ ਵੀ ਦੋ ਲੈਣਾ ਬਣਾ ਦਿੰਦਾ ਵਾ, ਕੀ
ਇਹ ਖਾਸੀਅਤ ਤੁਹਾਡੀ ਹੈ ਕਿ ਹੁਣੇ ਖੜੇ ਖੜੇ ਤੁਸੀਂ ਦੋ ਲੜਾ ਬਣਾ ਸਕਦੇ ਪੰਜਾਬ ਦੇ ਹਾਲਾਤ? ਉਹ ਪਰਮਾਤਮਾ ਚਾਹਵੇ ਤੇ ਸਭ ਕੁਝ ਹੋ ਜਾਂਦਾ ਸਰ, ਵਾਹਿਗੁਰੂ ਚਾਹਵੇ ਤੇ ਕੀ ਨਹੀਂ ਹੋ ਸਕਦਾ। ਮੈਂ ਆਉਂਦਿਆਂ ਹੀ ਜਦੋਂ ਆਉਂਦਿਆਂ ਮੈਂ ਤੁਹਾਡੇ ਚੈਨਲ ਦੀ ਗੱਲ ਕਰਨ ਡਿਆ ਕੋਈ ਕਿਸੇ ਬੰਦੇ ਦੇ ਨਾਲ, ਤੇ ਆਉਂਦਿਆਂ ਇੱਕ ਚੀਜ਼ ਲਿਖੀ ਵੀ ਯਾਰ ਅੱਜ ਕੱਲ੍ਹ ਨਾ ਸੱਚ ਦਾ ਜ਼ਮਾਨਾ ਨਹੀਂ, ਗਰੀਬ ਦੀ ਕੋਈ ਨਹੀਂ ਇਹਨਾਂ ਕੋਲ ਸੁਣਵਾਈ, ਪਰ ਤੁਹਾਡਾ ਚੈਨਲ ਜਿਹੜਾ ਦੂਜਾ ਰੱਬ ਬਣ ਕੇ ਆ ਗਿਆ, ਇਹ ਸੱਚ ਨੂੰ ਝੂਠ ਨੂੰ ਕੈਚ ਕਰਕੇ ਆਮ ਜਨਤਾ ਦੇ ਸਾਹਮਣੇ ਲੈ ਆਉਂਦਾ। ਤੇ ਖੜੇ ਖੜੇ ਵਾਲੀ ਗੱਲ ਮੈਂ ਜਿਹੜੀ ਸੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ, ਮੈਂ ਕਹੂੰਗਾ ਜੋ ਹੱਕ ਸੱਚ ਦੀ ਗੱਲ ਕਰੇ, ਹੱਕ ਸੱਚ ਦੀ ਗੱਲ ਕਰੇ, ਅਸੀਂ ਉਸ ਦਾ ਨਾਂ ਵਡਿਆਵਾਂਗੇ, ਸਭ ਧੜੇ ਬਾਜੀ ਤੋਂ ਉੱਪਰ ਉੱਠ ਕੇ ਮੋਢੇ ਨਾਲ ਮੋਢਾ ਲਾਵਾਂਗੇ, ਸਭ ਧੜੇ ਬਾਜੀ ਤੋਂ ਉੱਪਰ ਉੱਠ ਮੋਢੇ ਨਾਲ ਮੋਢਾ ਲਾਵਾਂਗੇ, ਨਾ ਜਾਤ ਪਾਤ ਪ੍ਰਮੋਟ ਕਰੇ, ਜਾਤ ਪਾਤ ਪ੍ਰਮੋਟ ਕਰੇ, ਉਹਦੀ TPR ਵਧਾਵਾਂਗੇ, ਕਿਸੇ ਬੇਖੌਫ ਚੈਨਲ ਨੂੰ ਸੱਦ ਕੇ ਇੰਟਰਵਿਊ ਕਰਵਾਵਾਂਗੇ, ਬੇਖੌਫ ਚੈਨਲ ਨੂੰ ਸੱਦ ਕੇ ਇੰਟਰਵਿਊ ਕਰਵਾਵਾਂਗੇ, ਜੋ ਰਿਸ਼ਵਤ ਖੋਰੀ ਲੋਕਾਂ ਦਾ ਨਾ ਦੱਸ ਕੇ ਕਰ ਜਲੀਲ ਕਰ ਦਵੇ, ਜੋ ਰਿਸ਼ਵਤ ਖੋਰੀ ਲੋਕਾਂ ਦਾ ਨਾ ਦੱਸ ਕੇ ਕਰ ਜਲੀਲ ਦਵੇ, ਪੁੱਛ ਪੁੱਛ ਕੇ ਕਰ ਜਲੀਲ ਤਕੇ, ਨਾ ਐਸੀ ਗਲਤੀ ਫੇਰ ਕਰੇ, ਜੋ ਰਿਸ਼ਵਤ ਖੋਰੀ ਲੋਕਾਂ ਦਾ ਨਾ ਦੱਸ ਕੇ ਵੀਡੀਓ ਸ਼ੇਅਰ ਕਰੇ, ਪੁੱਛ ਪੁੱਛ ਕੇ ਕਰ ਜਲੀਲ ਦੇਵੇ, ਨਾ ਐਸੀ ਗਲਤੀ ਫੇਰ ਕਰੇ, ਕੱਢੇ ਧੌਣ ਚੋਂ ਕਿੱਲਾ ਦੇਣ ਦੀ ਵੀ, ਧੌਣ ਚੋਂ ਕਿੱਲਾ ਦੇਣ ਦੀ ਵੀ, ਉਸ ਚੈਨਲ ਨੂੰ ਚਮਕਾਵਾਂਗੇ, ਸਭ ਬੇਖੌਫ ਚੈਨਲ ਨੂੰ ਸੱਦ ਕੇ ਇੰਟਰਵਿਊ ਕਰਵਾਵਾਂਗੇ, ਕਿਸੇ ਬੇਖੌਫ ਚੈਨਲ ਨੂੰ ਸੱਦ ਕੇ ਇੰਟਰਵਿਊ ਕਰਵਾਵਾਂਗੇ। ਆਖਰੀ ਸਵਾਲ, ਮਿਸ਼ਨ ਕੀ ਹੈ ਤੁਹਾਡਾ ਤੇ ਕੀ ਕਦੀ ਗਾਣਾ ਤੁਹਾਡਾ ਤੁਹਾਡੇ ਕੋਈ ਆਫਰ ਆਈ ਹੈ ਗਾਣਾ ਰਿਕਾਰਡ ਕਰਨ ਦੀ? ਮਿਸ਼ਨ ਤੇ ਸਰ ਤੁਸੀਂ ਮੇਰੇ ਦਿਲ ਦਾ ਸਵਾਲ ਜਿਹੜਾ ਉਹ ਕੈਚ ਕੀਤਾ। ਮਿਸ਼ਨ ਵੇਖੋ, ਹਰ ਬੰਦੇ ਦਾ ਮਿਸ਼ਨ ਜਿਹੜਾ ਬੜਾ ਦੂਰ ਤੱਕ ਖਾਬਾ ਲੈਂਦਾ, ਪਰ ਉਸ ਕਾਲ ਪੁਰਖ ਦੇ ਹੱਥ ਵਿੱਚ ਆ। ਮੈਂ ਅੱਗੇ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਦੋਂ ਆਪਾਂ ਕਾਲਜ ਦੇ ਵਿੱਚ ਇੰਟਰਵਿਊ ਕੀਤੀ ਸੀ, ਮੈਂ ਅੱਜ ਵੀ ਉਹ ਫੇਰ ਕਹਾਂਗਾ, ਮੇਰੇ ਡੈਡੀ ਦੀ ਇੱਕ ਮਰਨ ਦੇ ਸਮੇਂ ਦਾ ਤੇ ਬਿਆਨ ਸਾਡੇ ਮਹਿਕਮੇ 'ਚ ਹੁੰਦਾ, ਮਰਦੇ ਸਮੇਂ ਮੈਨੂੰ ਕਹਿ ਗਿਆ ਵੀ ਬੇਟਾ ਤੈਨੂੰ ਵਿਛੜੀਆਂ ਰੂਹਾਂ ਦਾ ਮੇਲ ਹੋਊ, ਪਰ ਐਸਾ ਗੀਤ ਨਾ ਗਾਵੀਂ ਜਿੱਥੇ ਪਿਓ ਧੀ ਪਿਓ ਨੂੰ ਧੀ ਲੱਗ ਉੱਠ ਕੇ ਬਾਹਰ ਜਾਣਾ ਪਵੇ, ਇਹੋ ਜਿਹੇ ਗੀਤ ਗਾਵੀਂ ਜਿਹੜੇ ਸਕੇ ਭੈਣ ਭਰਾ ਬਹਿ ਕੇ ਸੁਣ ਸਕਣ, ਸਕਾ ਕੋਈ ਚਾਚਾ ਤਾਇਆ ਮਾਮੇ ਮਾਸੀਆਂ ਇੱਕ ਮੰਚ 'ਤੇ ਖਲੋ ਕੇ ਉਹ ਗੀਤ ਸੁਣ ਸਕਣ, ਕੋਈ ਇਹੋ ਜਿਹਾ ਪਹਿਰਾ ਨਾ ਆ ਜਾਵੇ ਜਿਹਦੇ ਵਿੱਚ ਮੇਰੀ ਪੱਗ ਨੂੰ ਦਾਗ ਲੱਗੇ। ਮੈਂ ਕੋਸ਼ਿਸ਼ ਕਰਾਂਗਾ ਮੇਰੇ ਡੈਡੀ ਦੇ ਪੂਰਨੇ ਪਾਏ 'ਤੇ ਚੱਲਣ ਦੀ ਕੋਸ਼ਿਸ਼ ਕਰੂੰਗਾ, ਸ਼ਾਇਦ ਮੈਂ ਉਹਨਾਂ ਵਰਗਾ ਬਣ ਤਾਂ ਨਹੀਂ ਸਕਦਾ, ਪਰ ਉਸ ਕਾਲ ਪੁਰਖ ਕੋਲ ਦੁਆ ਮੰਗਦਾ ਵੀ ਉਹਨਾਂ ਦੇ ਪੂਰਨਿਆਂ 'ਤੇ ਚੱਲਣ ਦੀ ਵਾਹਿਗੁਰੂ ਮੈਨੂੰ ਸੋਚ ਦੇ।